ਧੰਨ ਗੁਰੂ ਨਾਨਕ ਗੁਰੂ ਨਾਨਕ ਸਭ ਸੰਗਤਾਂ ਸਾਵਧਾਨ ਹੋਵੋ ਹੁਣ ਦੋ ਪ੍ਰਸ਼ਾਦ ਮਿਲਨੇ ਆ ਇੱਕ ਦਰਗਾਹੀ ਪ੍ਰਸ਼ਾਦ ਤੇ ਦੂਸਰਾ ਕੜਾ ਪ੍ਰਸ਼ਾਦ ਦੀ ਦੇਗ ਵੀ ਜਿੱਥੇ ਇੰਨੀ ਰਾਤ ਦੀ ਡੀ ਕੀਤੀ ਹੈ ਹੁਣ ਸਾਰਾ ਫਲ ਗੁਰੂ ਸਾਹਿਬ ਨੇ ਬਖਸ਼ਿਆ ਹੁਕਮਨਾਮਾ ਆਇਆ ਹੈ ਆਗੇ ਸੁੱਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭ ਕੀਤਾ ਇਹ ਸਤਿਗੁਰਾਂ ਦਾ ਹੁਕਮਨਾਮਾ ਹੈ ਸਾਰੀਆਂ ਸੰਗਤਾਂ ਨੇ ਸੁਣਿਆ ਹੈ ਗੁਰੂ ਸਾਹਿਬ ਨੇ ਬੇਅੰਤ ਮਿਹਰਾਂ ਕੀਤੀਆਂ ਝੋਲੀਆਂ ਭਰੀਆਂ ਨੇ ਇਹ ਫਲ ਸਾਰੀ ਰਾਤ ਜਾਗਣ ਦਾ ਸਾਰੇ ਮਹਾਂਪੁਰਸ਼ਾਂ ਨੇ ਸਮਾਂ ਲਾਇਆ ਹੈ ਕੀਰਤਨੀਆਂ ਨੇ ਸਮਾਂ ਲਾਇਆ ਹੈ ਅਤੇ ਸਾਰੇ ਦਾ ਨਿਚੋੜ ਹੈ ਕਿ ਜਿਹੜੇ ਆ ਯੂਟਿਊਬ ਦੇ ਉੱਤੇ ਨਾਨਕ ਸਾਹਿਬ ਦੇ ਨਾਂ 'ਤੇ ਬਦਨਾਮੀ ਕਰਨਾ ਚਾਹੁੰਦੇ ਆ ਲੋਕ ਉਹਨਾਂ ਦੀ ਦੁੱਖ ਪ੍ਰਗਟ ਕੀਤਾ ਹੈ ਜਿਹਨੇ ਗਲਤੀ ਕੀਤੀ ਉਹ ਤਾਂ ਭਾਈ ਸਾਡੇ ਕੋਲ ਵੀ 100 ਪਾਠੀ ਹੈ 50 60 ਦੇ 100-150 ਮਿਸਤਰੀ ਸੇਵਾਦਾਰ ਹੈ ਡੇਰੇ ਦੇ ਵਿੱਚ 50-60 ਬਾਕੀ ਕੀਰਤਨ ਵਾਲੇ ਹੋਰ ਡਿਊਟੀਆਂ ਕਰਨ ਵਾਲੇ ਉਹ ਤਾਂ ਬੇਅੰਤ ਹੁੰਦੇ ਆ ਅਤੇ ਇਹ ਕੋਈ ਗਲਤੀ ਜਿਹੜੀ ਕਿਸੇ ਕੀਤੀ ਪਹਿਲੀ ਗੱਲ ਤਾਂ ਜਿਹੜੇ ਆਪਾਂ ਦੇਖਦੇ ਹਾਂ ਨਾ ਯੂਟਿਊਬ 'ਤੇ ਇਹ ਸਾਡਾ ਗੁਣਾ ਹੈ ਨਾ ਨਿੰਦਿਆ ਸੁਣੋ ਅਤੇ ਨਾ ਵੇਖੋ ਕਰਨੀ ਤਾਂ ਇੱਕ ਪਾਸੇ ਕਿ ਜਿਹੜੀ ਐਡੇ ਵੱਡੇ ਘਰ ਦੀ ਸੱਚੇ ਸੁੱਚੇ ਘਰ ਦੀ ਉਹ ਤਾਂ ਬਾਬਾ ਆਨੰਦ ਸਿੰਘ ਨੂੰ ਵੀ ਕਹਿ ਦੇਣਗੇ ਉਹ ਤਾਂ ਗੁਰੂ ਗੋਬਿੰਦ ਸਿੰਘ ਨੂੰ ਵੀ ਕਹਿ ਦੇਣਗੇ ਕਹਿਣ ਵਾਲੇ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ ਕਹਿ ਦੇਣਗੇ ਜੇ ਕਹਿੰਦੇ ਸੀ ਤਾਂ ਉਹਨਾਂ ਨੇ ਕਿਹਾ ਵੀ ਮੈਨੂੰ ਕਹਿਣ ਵਾਲੇ ਤਾਂ ਕਹਿੰਦੇ ਆ ਭੂਤਨਾ ਬਿਤਾਲਾ ਵਿਚਾਰਾ ਆਦਮੀ ਸੰਤਾਂ ਮਹਾਂਪੁਰਸ਼ਾਂ ਦੀਆਂ ਅਸੀਂ ਇਕੱਠੇ ਰਹੇ ਹਾਂ 50-50 ਸਾਲ ਹੋ ਗਏ ਨੇ ਸਾਨੂੰ ਇੱਥੇ ਰਹਿੰਦਿਆਂ ਚਾਹੇ ਅਸੀਂ ਬਾਬਾ ਕੁੰਦਨ ਸਿੰਘ ਜੀ ਕੋਲ ਸੀ ਇਹ ਬਾਬਾ ਸਾਹਿਬ ਸਿੰਘ ਜੀ ਕੋਲ ਸੀ ਬਾਬਾ ਨਰੈਣ ਸਿੰਘ ਜੀ ਕੋਲ ਬਾਬਾ ਕਾਲਾ ਸਿੰਘ ਸੀ ਸਾਰਿਆਂ ਨੇ ਮਰ ਮਰ ਕੇ ਸੇਵਾ ਕੀਤੀਆਂ ਨੇ ਅਤੇ ਸੇਵਾ ਕਰਕੇ ਇੰਨੀ ਪੜ੍ਹਾਈ ਕਰਕੇ ਫਿਰ ਇਹ ਫੇਲ ਹੋ ਗਏ ਮਹਾਂਪੁਰਖਾਂ ਨੇ ਇਹਨਾਂ ਨੂੰ ਦਿੱਤੀਆਂ ਨੇ ਸੇਵਾਵਾਂ ਇਹ ਜਿਹੜੇ 3 ਮਹਾਂਪੁਰਖ ਇੱਥੋਂ ਦੇ ਬਣਾਏ ਆ ਨਾ ਇਹ ਵੀ ਬਾਬਾ ਜੀ ਦੀ ਆਪਣੀ ਰਜ਼ਾ ਹੈ ਕਿਉਂਕਿ ਕੋਈ ਇਕੱਲਾ ਗੁਰੂ ਨਾ ਬਣ ਕੇ ਬਹਿ ਜੇ ਇਹ ਸਾਰੇ ਸੇਵਾਦਾਰ ਦਾਸ ਹੀ ਬਣੇ ਰਹਿਣ ਅਸੀਂ ਹੁਣ ਮੁੜ ਤੋਂ ਲੈ ਕੇ ਜਦੋਂ ਦੀ ਸੇਵਾ ਮਿਲੀ ਹੈ ਨਾਲ ਸਿਕਿਉਰਿਟੀ ਵੀ ਪੁਲਿਸ ਵੀ ਪੂਰੀ ਰੱਖਦੇ ਹਾਂ ਪਹਿਰਾ ਵੀ ਪੂਰਾ ਰੱਖਦੇ ਹਾਂ ਅਤੇ ਰਾਤ ਵੀ ਸਾਡੀ ਪੂਰੀ ਬਾਹਰ ਹੀ ਹੁੰਦੀ ਹੈ ਇਹ ਤਾਂ ਇਹਨਾਂ ਚੀਜ਼ਾਂ ਦੀ ਤਾਂ ਲੋੜ ਪੈਂਦੀ ਹੈ ਉਹਨਾਂ ਨੇ ਕਿਹਾ ਸੀ ਫਕੀਰ ਨੂੰ ਔਰੰਗਜ਼ੇਬ ਨੇ ਕਿਹਾ ਸੀ ਫਕੀਰ ਹੋ ਕੇ ਫਕੀਰ ਨੂੰ ਕੁੱਤੇ ਰੱਖਣੇ ਚਾਹੀਦੇ ਇਹੋ ਜਿਹੇ ਉਹ ਕਹਿਣ ਲੱਗੇ ਤੇਰੇ ਵਰਗੇ ਕੁੱਤਿਆਂ ਵਾਸਤੇ ਵੀ ਆਣ ਕੇ ਇੱਥੇ ਵੱਧ ਘਟਨਾ ਭੌਂਕਣ ਤਾਂ ਇਹ ਰੱਖੇ ਆ ਇਹ ਮਹਾਂਪੁਰਖਾਂ ਬਾਬੇ ਆਨੰਦ ਸਿੰਘ ਦਾ ਮਹਾਰਾਜ ਦਾ ਸੱਚਾ ਸੁੱਚਾ ਦਰਬਾਰ ਹੈ ਸਾਰੇ ਸੇਵਾਦਾਰ ਸੇਵਾ ਕਰਨ ਵਾਲੇ ਆ ਆਪਦੀ ਭੁੱਲਾਂ ਚੁੱਕਾਂ ਹਰ ਮਨੁੱਖ ਧੋਂਦੀਆਂ ਹੈ ਉਹਨਾਂ ਨਾਲੋਂ ਕੋਈ ਜ਼ਿਆਦੀਆਂ ਵੇਖ ਨਹੀਂ ਸਕਦਾ ਜਿਹੜੇ ਬਾਬਾ ਆਨੰਦ ਸਿੰਘ ਜੀ ਬਾਬਾ ਈਸ਼ਰ ਸਿੰਘ ਜੀ ਇੱਥੋਂ ਦੇ ਮਾਲਕ ਨੇ ਉਹਨਾਂ ਨਾਲੋਂ ਕਿਸੇ ਕੁ ਵਿੱਚ ਜ਼ਿਆਦਾ ਨਹੀਂ ਹਿੰਮਤ ਵੀ ਦੇਖਣ ਕਿਹੜਾ ਗੁਣਾ ਕਰਦਾ ਹੈ ਪਰ ਉਹ ਬਖਸ਼ਿੰਦ ਨੇ ਇਸ ਕਰਕੇ ਅੱਜ ਦਾ ਜਿਹੜਾ ਯੁੱਗ ਚੱਲਿਆ ਹੋਇਆ ਹੈ ਜੋ ਬਾਬਾ ਲੱਖਾ ਸਿੰਘ ਨੇ ਦੱਸਿਆ ਬਸ ਕਾਰਨ ਉਹ ਹੀ ਹੈ ਜਾਂ ਯੂਟਿਊਬ ਦੇ ਉੱਤੇ ਸਾਨੂੰ ਪੈਸੇ ਆ ਜਾਣ ਜਾਂ ਕੋਈ ਆਹ ਹੋ ਜਾਏ ਭਾਈ ਅਸੀਂ ਬੇਨਤੀ ਕਰਾਂਗੇ ਉਹਨਾਂ ਨੂੰ ਵੀ ਕਿ ਜੇ ਤੂੰ ਅਕਲ ਲਤੀਫ ਹੈ ਅਤੇ ਫਰੀਦਾ ਜੇ ਤੂੰ ਅਕਲ ਲਤੀਫ ਹੈ ਅਤੇ ਕਾਲੇ ਲਿਖਣਾ ਲੇਖ ਆਪ ਨੜੇ ਗਿਰੀ ਵਾਣ ਮੇਂ ਸਿਰ ਨੀਵਾਂ ਕਰ ਵੇਖ ਜੇ ਤੂੰ ਆਪਦੇ ਅੰਦਰ ਝਾਤੀ ਮਾਰੇਗਾ ਨੀਵਾਂ ਸਿਰ ਕਰਕੇ ਤਾਂ ਗੁਣਾਹ ਤਾਂ ਤੇਥੋਂ ਵੀ ਹੋਏ ਹੋਣਗੇ ਜੇ ਅਕਲ ਲਤੀਫ ਹੈ ਕਿਸੇ ਦੇ ਬਾਰੇ ਕਾਲੇ ਲੇਖ ਨਾ ਲਿਖ ਆਪ ਨੜੇ ਗਿਰੀਵਾਨ ਮੇਂ ਇਹ ਨਾਨਕ ਸਾਹਿਬ ਦੀ ਜਿਹੜੀ ਮਹਿਮਾ ਨਾ ਇੱਥੇ ਇੱਕ ਵਾਰੀ ਲੜਾਈ ਹੋ ਗਈ ਮਹਾਂਪੁਰਸ਼ਾਂ 'ਚ ਕਹਿੰਦੇ ਜੀ ਹੁਣ ਕਿਸੇ ਨੇ ਆਉਣਾ ਹੀ ਨਹੀਂ ਸਟੇਜ 'ਤੇ ਪੁੰਨਿਆ 'ਤੇ ਲੜਾਈ ਹੋ ਕਹਿੰਦੇ ਹੁਣ ਕਿਸੇ ਨੇ ਅਗਲੀ ਪੁੰਨਿਆ ਆਉਣਾ ਹੀ ਨਹੀਂ ਇਵੇਂ ਜੋ ਮਰਜ਼ੀ ਇੱਥੇ ਹੁੰਦਾ ਰਹੇ ਸੂਰਜ ਦੇ ਅੱਗੇ ਧੁੰਦ ਆ ਜਾਵੇ ਸੂਰਜ ਦੇ ਅੱਗੇ ਬੱਦਲ ਆ ਜਾਣ ਪਰ ਕੁਝ ਸਮੇਂ ਲਈ
ਸੂਝ ਨੂੰ ਢੱਕ ਦੇਣਗੇ, ਸੂਝ ਨੂੰ ਖਤਮ ਕਰ ਦੇਣਗੇ, ਹਨੇਰਾ ਕਰ ਦੇਣਗੇ। ਕਾਲੀ ਬੋਲੀ ਹਨੇਰੀ ਆ ਜਾਏ ਕੁਝ ਸਮੇਂ ਲਈ, ਹਨੇਰਾ ਹੋ ਸਕਦਾ ਪਰ ਮੁੜ ਕੇ ਹੋਣਾ ਤਾਂ ਚਾਨਣਾ ਹੀ ਹੈ। ਸੂਝ ਨੇ ਸੂਝ ਰਹਿਣਾ ਹੈ। ਬੱਦਲਾਂ ਦੀ ਛਾਇਆ ਜਿਹੜੀ, ਮੇਹ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਇਹ ਨਹੀਂ ਠਹਿਰਨ ਵਾਲੀ। ਉਹਨਾਂ ਨੂੰ ਬੇਨਤੀ ਕਿ ਜਦੋਂ ਤੁਸੀਂ ਬਾਣੇ ਆਉਣਾ ਗੁਰੂਆਂ ਵਾਲੇ ਪਾਏ ਹੋਏ, ਸਾਡੇ ਤੋਂ ਜ਼ਿਆਦਾ ਕੋਈ ਪਹਿਰਾ ਨਹੀਂ ਦੇ ਸਕਦਾ। ਜੇ ਤੁਸੀਂ ਕਹੋ ਵੀ ਅਸੀਂ ਸੁਧਾਰ ਕਰਨਾ ਹੈ, ਸਾਡੇ ਤੋਂ ਜ਼ਿਆਦਾ ਅਸੀਂ ਦਮ ਨਹੀਂ ਮਾਰਦੇ, ਪਰ ਅਸੀਂ ਆਪੋ ਆਪਣੇ ਥਾਵਾਂ ਦੇ ਪਹਿਰੇਦਾਰ ਹਾਂ। ਬਾਬਾ ਘਾਲਾ ਸਿੰਘ ਜੀ ਨੇ, ਬਾਬਾ ਗੁਰਜੀਤ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਅਸੀਂ ਪੁੱਛੋ ਵਿੱਚ। ਕੋਈ ਸੇਵਾਦਾਰ ਮਿਸਤਰੀ ਗਲਤੀ ਕਰਦਾ ਤਾਂ ਅਸੀਂ ਉਹਨੂੰ, ਭਾਵੇਂ ਮੈਂ ਤੁਰਨ ਜੋਗਾ ਨਹੀਂ, ਕੋਲ ਬੁਲਾ ਕੇ ਕਟਾਪਾ ਛਾੜ ਦੀਦਾ, ਭਾਵੇਂ ਮੈਂ ਵੀਲਚੇਅਰ ਦੀ ਹਾਂ, ਉੱਥੇ ਹੀ ਖੜਕਾ ਦੜਕਾ ਕਰ ਦੀਦਾ ਵੀ ਤੂੰ ਗਲਤੀ ਕੀਤੀ ਹੈ। ਸਾਡੇ ਤੋਂ ਵੱਧ ਪਹਿਰਾ ਦੇਣ ਵਾਲਾ ਕੋਈ ਨਹੀਂ, ਅਸੀਂ ਉਹਨਾਂ ਦੇ ਪਹਿਰੇਦਾਰ ਹਾਂ। ਗੁਰ ਸੱਚੇ ਬੰਦਾ ਥੇ ਹੋ ਰਖਵਾਲੇ ਗੁਰ ਦਿੱਤੇ। ਜੇ ਤੁਸੀਂ ਸਹੀ ਮਹਿਣਿਆਂ ਵਿੱਚ ਇਹ ਸੋਚਦੇ ਕਿ ਗੁਰੂ ਘਰਾਂ ਵਿੱਚ ਰਹਿਣ ਵਾਲੇ ਗਲਤੀਆਂ ਨਾ ਕਰਨ, ਅਤੇ ਇਹ ਗਲਤੀਆਂ ਵਾਸਤੇ ਉੱਤੇ ਨਿਗਰਾਨੀ ਰੱਖਣ ਵਾਸਤੇ ਸਾਡੀ ਡਿਊਟੀ ਮਾਲਕਾਂ ਨੇ ਲਾਈ ਹੋਈ ਹੈ, ਅਸੀਂ ਆਪਣੀ ਡਿਊਟੀ ਦੇ ਰਹੇ ਹਾਂ। ਬੱਚੇ ਭੁੱਲਣਹਾਰ ਹੁੰਦੇ ਆ, ਬੜੇ ਗਲਤ ਤੋਂ ਗਲਤ ਨਸ਼ੈੜੀ, ਜਿਹੜੇ ਮਾਂ ਬਾਪ ਨੂੰ ਦੁਖੀ ਕਰ ਚੁੱਕੇ ਸੀ, ਬੜੇ ਵੱਧ ਚੱਲਣ। ਅਸੀਂ ਕਹਿੰਦੇ ਮਾਂ ਬਾਪ ਰੋਂਦੇ ਆ ਸਾਡੇ, ਭਾਈ ਛੱਡ ਜਾਓ, ਸਾਡੇ ਕੋਲ ਹੀ ਸੁਧਾਰ ਲਾਂਗੇ। ਬਾਬੇ ਨਾਨਕ ਦੀ ਬਾਣੀ ਹੈ, ਗੁਰੂ ਸਾਹਿਬ ਦੀ ਓਟ ਹੈ, ਭਾਈ ਸਮਝੋ। ਉਹਨਾਂ ਨੂੰ ਅਸੀਂ ਰੱਖਦੇ ਹਾਂ। ਜੇ ਕੋਈ ਕਹੇ ਕਿ ਹਸਪਤਾਲ ਵਿੱਚ ਠੱਗਾਂ, ਹਸਪਤਾਲ ਵਿੱਚ ਬਿਮਾਰਾਂ ਦਾ ਕੀ ਕੰਮ, ਉਹ ਤਾਂ ਹੈ ਹੀ ਬਿਮਾਰਾਂ ਵਾਸਤੇ ਆ। ਸਕੂਲ ਵਿੱਚ ਅਨਪੜ੍ਹਾਂ ਦਾ ਕੀ ਕੰਮ, ਇੱਥੇ ਹੈ ਹੀ ਅਨਪੜ੍ਹਾਂ ਵਾਸਤੇ ਆ। ਇਹ ਗੁਰੂ ਘਰ ਦੇ ਵਿੱਚ ਤਾਂ ਸੱਜਣ ਠਾ ਕੌਡੇ ਰਾਕਸ਼ ਭੂਮੀਏ ਚੋਰ ਵਰਗੇ ਵੀ ਸੰਤ ਹੋ ਗਏ, ਅਤੇ ਕਿਸੇ ਸੰਤ ਦੀ ਪਹਿਲੀ ਗੱਲ ਨੂੰ ਲੈ ਕੇ ਅਸੀਂ ਕੋਈ ਦੁਹਰਾਈਏ ਜਾਂ ਹੋਵੇ ਨਾ ਹੋਵੇ, ਉਹ ਸੋ ਬਾਣੀ ਦਿੰਦੀ। ਪਰ ਸਾਨੂੰ ਦੇਖਣਾ ਵੀ ਨਹੀਂ ਚਾਹੀਦਾ ਇਹਨੂੰ, ਬਿਲਕੁਲ ਇਹੋ ਜਿਹੜੇ ਅਗਰ ਕਰਦੇ ਆ ਕੋਈ, ਉਹਨਾਂ ਨੂੰ ਬਿਲਕੁਲ ਦੇਖਣਾ ਬੰਦ ਕਰੋ। ਸਗੋਂ ਮਹਾਂਪੁਰਖਾਂ ਦੀਆਂ ਵਡਿਆਈਆਂ ਦੇ ਦੂਣੇ ਚੌਣੇ ਰੋਲੇ ਪਾ ਦਿਓ, ਆਪੇ ਰੋਲਾ ਦੱਬਿਆ ਜਾਣਾ। ਇਸ ਕਰਕੇ ਸੰਤਾਂ ਦੀਆਂ ਵਡਿਆਈਆਂ ਦੇ ਪਾਓ, ਨਾਨਕ ਸਰ ਦੇ, ਨਾਨਕ ਸਰ ਦੀ ਵਡਿਆਈਆਂ ਦੇ ਪਾਓ ਸਾਰੇ ਪਾਸੇ, ਕਿ ਇਹ ਵਡਿਆਈਆਂ ਨੇ ਭਾਈ, ਇੱਥੋਂ ਦੇ ਸੇਵਾਦਾਰ ਆਪਣੀਆਂ ਸੇਵਾ ਨਿਭਾ ਰਹੇ ਨੇ, ਕਰ ਰਹੇ ਨੇ ਡਾਂਟ ਕੇ। ਇਹ ਜੇ ਤਿੰਨ ਸੰਤ ਅਸੀਂ ਕਹਿੰਦੇ ਹਾਂ ਨਾ ਇੱਥੇ, ਬਾਬਾ ਲੱਖਾ ਸਿੰਘ ਜੀ, ਬਾਬਾ ਘਾਲਾ ਸਿੰਘ, ਬਾਬਾ ਗੁਰਜੀਤ ਸਿੰਘ, ਇਹ ਤਿੰਨ ਦੁਸ਼ਮਣ ਨਹੀਂ ਇੱਕ ਦੂਜੇ ਦੇ, ਇਹ ਅੰਦਰੋਂ ਮਿੱਤਰ ਵੀ ਨੇ। ਜੇ ਕੋਈ ਐਸੀ ਵੈਸੀ ਕਰੇਗਾ ਤਾਂ ਤਿੰਨੇ ਇਕੱਠੇ ਹੀ ਨੇ, ਇਹ ਕੋਈ ਅਸੀਂ ਚੌਥੇ ਹਾਂ, ਅਸੀਂ ਇਹਨਾਂ ਨਾਲ ਹਾਂ ਕਿਸੇ ਗੱਲ 'ਤੇ। ਜੇ ਕੋਈ ਇਹਨਾਂ ਦੀ ਸ਼ਾਨ ਵਿੱਚ ਗੱਲ ਹੋਏਗੀ, ਅਸੀਂ ਇਹਨਾਂ ਦੇ ਨਾਲ ਖੜਾਂਗੇ ਸਾਰਿਆਂ ਦੇ, ਭਾਵੇਂ ਅਸੀਂ ਪੁੱਛੋ ਪਰ ਜੰਮੇ ਪਲੇ ਇੱਥੇ ਆ, ਸਾਡਾ ਇਹ ਪੇਕਾ ਘਰ ਹੈ, ਵਿਆਹ ਹੀ ਪੁੱਛੋ ਵਿੱਚ ਹੋਇਆ ਹੈ। ਬਾਬਾ ਜੀ ਨੇ ਪਹਿਲਾਂ ਬਾਬਾ ਖੇਮ ਸਿੰਘ ਨੂੰ ਭੇਜਿਆ ਸੀ, ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ, ਉਹਨਾਂ ਨੇ ਪੁੱਛੋ ਦੀ ਸਾਰੀ ਸੇਵਾ ਸੰਭਾਲੀ। ਫਿਰ ਬਾਬਾ ਆਨੰਦ ਸਿੰਘ ਜੀ ਨੇ ਆਪਣੀ ਰਜਾ ਵਰਤਾ ਕੇ ਮਹਾਂਪੁਰਖ ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖਾਂ ਨੇ ਦਾਸ ਨੂੰ ਭੇਜਿਆ ਉੱਥੇ ਨਾਮ ਜਪਾਉਣ, ਸੇਵਾ ਸਿਮਨ ਕਰਨ ਵਾਸਤੇ। ਜਾ ਕੇ ਮਰਜ਼ਾਦਾ ਪੱਕੀਆਂ ਕੀਤੀਆਂ ਨੇ ਕਿ ਨਹੀਂ ਭਾਈ, ਕੀਰਤਨਾਂ ਦੀ ਮਾਇਆ ਨਹੀਂ ਲੈਣੀ, ਹੋਰ ਕੋਈ ਵਪਾਰ ਨਹੀਂ ਕਰਨੇ। ਪਰ ਇੱਥੇ ਅਸੀਂ ਵੀ ਜ਼ਰੂਰ ਇਹ ਖਿਆਲ ਦੇਈਏ ਕਿ ਜਿਹੜੇ ਧੰਦੇ ਇਹੋ ਜਿਹੇ ਨੇ, ਉਹਨਾਂ ਦੇ ਮਹਾਂਪੁਰਸ਼ ਵੀ ਜ਼ਰੂਰ ਖਿਆਲ ਕਰਨ। ਦੁਕਾਨਾਂ ਦੁਕਾਨਾਂ ਇੱਧਰ ਉੱਧਰ ਭੀੜ ਹੋ ਜਾਂਦੀ ਹੈ, ਉਹ ਚਲੋ ਉਹਨਾਂ ਦੀ ਰਜ਼ਾ ਹੈ ਜਿਵੇਂ ਉਹ ਕਰਨਗੇ, ਪਰ ਅਸੀਂ ਜ਼ਰੂਰ ਸਲਾਹ ਦਿੰਦੇ ਹਾਂ ਵੀ ਆਪਾਂ ਜਿਹੜੇ ਨਾਨਕ ਸਾਹਿਬ ਦੇ ਅੰਦਰ ਜਿੰਨੀ ਹਦੂਦ ਹੈ ਉਹਦੇ ਵਿੱਚ ਆਪਾਂ ਥੋੜ੍ਹੀ ਬਹੁਤੀ ਕਰ ਦਈਏ, ਜਿੰਨੀ ਹਿੰਮਤ ਹੋ ਸਕਦੀ। ਬਾਬਾ ਜੀ ਸਾਡੇ ਸਿਰ 'ਤੇ ਆ, ਸਾਡਾ ਮਾਲਕ ਸਾਡੇ ਨਾਲ ਹੈ, ਕੋਈ ਵੀ ਕੁਝ ਵਿਗਾੜ ਨਹੀਂ ਸਕਦਾ। ਅਤੇ ਪਰ ਆਪਣੀਆਂ ਆਪਣੀ ਤਾਕਤ ਆਪ ਰੱਖੋ ਕੋਲ। ਸਾਡੇ ਬਾਬਾ ਭਜਨ ਸਿੰਘ ਜੀ, ਹਰਭਜਨ ਸਿੰਘ ਜੀ ਹੁੰਦੇ ਸੀ, ਉਹ ਇਕੱਲੇ ਹੀ ਕਮਰੇ 'ਚ ਜਾ ਵੜਦੇ ਸੀ, ਇਕੱਲੇ ਹੀ ਸੌਂ ਜਾਂਦੇ ਸੀ ਕੁੰਡੀ ਲਾ ਕੇ। ਦੋ ਦਿਨ ਕੋਈ ਪਾਠੀ ਗਲਤ ਉੱਠੇ, ਗਲਤ ਬੰਦੇ ਸੀ, ਉਹ ਉਹਨਾਂ ਦੇ ਕਮਰੇ 'ਚ ਜਾ ਵੜੇ, ਉਹਨਾਂ ਦੇ ਕੜਾ ਵੀ ਨੱਕ 'ਤੇ ਮਾਰਿਆ, ਅਤੇ ਜੋ ਸੋਨਾ ਚਾਂਦੀ ਕੁਝ ਹੈਗਾ ਸੀ ਉਹ ਲੈ ਕੇ ਚਲੇ ਗਏ। ਇਹ ਨਾ ਹੋਵੇ ਕਿ ਇੱਕ ਸੰਤ ਆਦਮੀ ਨੂੰ ਕੋਈ ਆਦਮੀ ਐਵੇਂ ਵੀ ਆ ਕੇ ਪੈ ਜਾਵੇ, ਸੰਤ ਨੇ ਡੰਡਾ ਡੁੰਡਾ ਵੀ ਤਗੜਾ ਰੱਖਣਾ ਹੈ, ਨਾਲ ਸਕਿਉਰਿਟੀ ਵੀ ਰੱਖਣੀ। ਅਸੀਂ ਵੱਡੇ ਵੱਡੇ ਕੰਮ ਕਰ ਰਹੇ ਹਾਂ, ਤਾਂ ਕਰਕੇ
ਸਾਰੀ ਰਾਤ ਨੂੰ ਜਾਂਦੇ ਆ ਆਉਣੇ ਆ ਸਾਨੂੰ ਪੁਲਿਸ ਵਾਲੀ ਗੱਡੀ ਦੀ ਲੋੜ ਏ ਅੱਗੇ ਵੀ ਪਿੱਛੇ ਵੀ ਪੁਲਿਸ ਨੂੰ ਰੱਖ ਲਈਦਾ ਕਰੋਨਾ ਦੇ ਵਿੱਚ ਪ੍ਰਚਾਰ ਕੀਤੇ ਸੰਪੜ ਪਾੜ ਕੀਤੇ ਘਰ ਘਰ ਜਾ ਕੇ ਕਰੋਨਾ ਦੇ ਵਿੱਚ ਸਾਡੀਆਂ ਗੱਡੀਆਂ ਤੋਂ ਬਗੈਰ ਕੋਈ ਗੱਡੀ ਨਹੀਂ ਹੁੰਦੀ ਸੀ ਰੋਡ 'ਤੇ ਇਹ ਇਸ ਸਮੇਂ ਇਹਨਾਂ ਤੋਂ ਆਪਾਂ ਮਦਦ ਲੈਣੀ ਏ ਗੁਰੂ ਗੋਬਿੰਦ ਸਿੰਘ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਮੈਸੇਜ ਦਿੱਤਾ ਸੀ ਇਸ ਕਰਕੇ ਆਪਾਂ ਤਗੜੇ ਵੀ ਹੋ ਕੇ ਰਹਿਣਾ ਏ ਅਤੇ ਨਾਨਕ ਸਰ ਦੀ ਸ਼ਾਨ ਦੇ ਉਲਟ ਭਾਈ ਨਾਨਕ ਸਰ ਨੂੰ ਹੱਥ ਨਾ ਲਾਇਓ ਨਾਨਕ ਸਰ ਨੂੰ ਉਂਗਲ ਨਾ ਕਰਿਓ ਸਾਡੀ ਭਾਵੇਂ ਜਾਨ ਕੱਢ ਲਓ ਸਾਡੇ ਗੁਰੂਆਂ ਵੱਲ ਸਾਡੇ ਮਹਾਂਪੁਰਸ਼ਾਂ ਵੱਲ ਇਹ ਸੱਚੀ ਸੁੱਚੀ ਮਰਜ਼ਾਦਾ ਵੱਲ ਤੁਹਾਡਾ ਕੋਈ ਹੱਕ ਨਹੀਂ ਬਾਬਾ ਲੱਖਾ ਸਿੰਘ ਜੀ ਨਾਲ ਆਏ ਸੀ ਭਾਈ ਬਲੰਬਰ ਸਿੰਘ ਜੀ ਮੈਂ ਉਹਨਾਂ ਦੀ ਕਥਾ ਪਸੰਦ ਕਰਦਾ ਬਹੁਤ ਸੋਹਣਾ ਬੋਲਦੇ ਹਾਂ ਫਿਰ ਦੂਸਰੇ ਗੁਰਮੁਖ ਪਿਆਰੇ ਵੀ ਸੰਗਜੀਤ ਸਿੰਘ ਜੀ ਉਹ ਸੰਤ ਮਹਾਂਪੁਰਸ਼ ਬਾਬਾ ਲਾਲ ਸਿੰਘ ਜੀ ਹੋਏ ਉਹਨਾਂ ਦੇ ਅਸਥਾਨ 'ਤੇ ਮੇਰਾ ਖਿਆਲ ਸੇਵਾ ਕਰਦੇ ਆ ਫਿਰੋਜ਼ਪੁਰ ਇਹ ਹਾਂ ਬਾਬਾ ਸੁਰਜੀਤ ਸਿੰਘ ਜੀ ਉਹ ਦੂਸਰੇ ਗੁਰ ਭਾਈ ਅਵਨੀਤ ਸਿੰਘ ਜੀ ਉਹਨਾਂ ਨੇ ਵੀ ਬੜਾ ਸੋਹਣਾ ਬੋਲਿਆ ਆਨੰਦ ਆ ਗਿਆ ਮੈਂ ਸਾਰੇ ਹੀ ਸੁਣਿਆ ਬਾਬਾ ਕਾਲਾ ਸਿੰਘ ਨੇ ਵੀ ਬਹੁਤ ਹੀ ਸੋਹਣਾ ਬੋਲਿਆ ਅਤੇ ਬਾਬਾ ਲੱਖਾ ਸਿੰਘ ਅੱਜ ਦੇ ਸਮੇਂ 'ਚ ਜੋ ਬਾਬਾ ਕਾਲਾ ਸਿੰਘ ਜੀ ਨੇ ਭਜਨ ਕੀਤੇ ਮੈਨੂੰ ਪੂਰਾ ਆਨੰਦ ਆਇਆ ਇਹ ਸਾਰੇ ਗੁਰਮੁਖਾਂ ਨੇ ਅਸੀਂ ਇਸ ਸਟੇਜ 'ਤੇ ਆ ਕੇ ਛਾਤੀ ਡਾਉਣੇ ਆਪਦੀ ਅਸੀਂ ਇਸ ਘਰ ਦੇ ਪਿੱਛੇ ਭੱਜੇ ਫਿਰਦੇ ਹਾਂ ਪ੍ਰਚਾਰ ਵਾਸਤੇ ਅਤੇ ਅਸੀਂ ਕਿਉਂ ਸੁਣਾਂਗੇ ਮਾੜੀ ਅਸੀਂ ਕੋਈ ਨਹੀਂ ਸਾਨੂੰ ਪਤਾ ਅਸੀਂ ਇਕੱਠੇ ਰਹੇ ਬਚਪਨ ਤੋਂ ਸਾਨੂੰ ਹਰੇਕ ਬਾਰੇ ਪਤਾ ਤੁਹਾਨੂੰ ਜ਼ਿਆਦਾ ਪਤਾ ਬਾਹਰ ਵਾਲਿਆਂ ਨੂੰ ਸਾਨੂੰ ਇਹਨਾਂ ਬਾਰੇ ਅੰਦਰੂਨੀ ਪਤਾ ਏ ਸਾਨੂੰ ਗੁਰੂਆਂ ਮਹਾਂਪੁਰਖਾਂ ਬਾਰੇ ਵੀ ਪਤਾ ਅਸੀਂ ਤਾਂ ਇੱਥੇ ਘਾਇਲ ਹੋਏ ਹੋਏ ਹਾਂ ਨਹੀਂ ਤਾਂ ਛੱਡ ਕੇ ਹੋਰ ਪਾਸੇ ਬਹਿ ਜਾਂਦੇ ਅਤੇ ਇੱਥੋਂ ਦੀ ਮੇਰੇ ਲਾਲਣ ਕੀ ਸੋਭਾ ਸਾਧਨ ਅਵਤਨ ਇਹ ਤਾਂ ਭਾਈ ਵਧੀਆ ਕੋਠੀ ਬਣਾਈਏ ਅਤੇ ਕਾਲੀ ਤੌੜੀ ਲਾਉਣੀ ਪੈਂਦੀ ਏ ਚੰਗਾ ਸੀ ਟਰੈਕਟਰ ਅਤੇ ਟਰੱਕ ਖਰੀਦ ਲਿਆਈਏ ਅਤੇ ਕਾਲੀ ਜੁੱਤੀ ਬਣਨੀ ਪੈਂਦੀ ਹੈ ਤਾਂ ਨਜ਼ਰ ਵੱਟੂ ਹੈ ਮਾੜਾ ਜਿਹਾ ਕੋਈ ਨਹੀਂ ਬਾਬਾ ਜੀ ਕਿਰਪਾ ਰੱਖਣ ਅਤੇ ਇਹ ਇਹਨਾਂ ਗੱਲਾਂ ਦੇ ਵਿੱਚ ਨਹੀਂ ਕਿਉਂਕਿ ਯੁੱਗ ਮੋਬਾਈਲ ਦਾ ਆ ਗਿਆ ਨਾ ਅਤੇ ਪਹਿਲਾਂ ਤਾਂ ਗੱਲ ਪਿੰਡ 'ਚ ਹੁੰਦੀ ਸੀ ਘਰ 'ਚ ਨਿਬੜ ਜਾਂਦੀ ਸੀ ਫਿਰ ਪਿੰਡ 'ਚ ਨਿਬੜ ਜਾਂਦੀ ਸੀ ਹੁਣ ਤਾਂ ਯੂਟਿਊਬ ਦੇ ਉੱਤੇ ਪ੍ਰਦੇਸ਼ਾਂ 'ਚ ਵੀ ਪਹੁੰਚ ਜਾਂਦੀ ਚਲੋ ਸਾਹਿਬ ਸਾਥੀ ਰਹੇ ਇਸ ਕਰਕੇ ਲਸ਼ਕਰ ਵੀ ਕੋਈ ਨਹੀਂ ਕਰ ਸਕਦੇ ਉਹ ਲਸ਼ਕਰ ਨੂੰ ਵੀ ਸਵਾਬ ਪਰ ਜਿਹੜੇ ਗੁਰਮੁਖ ਪਿਆਰੇ ਗੁਰਸਿੱਖੀ ਦੇ ਬਾਣੇ ਵਿੱਚ ਫਿਰ ਆਪਾਂ ਦੂਸ਼ਣ ਲਾਉਣੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੇ ਵੱਥ ਛੱਪੜ ਢੂੰਡੇ ਕਿਹਾ ਥੀਏ ਚਿੱਕੜ ਡੁੱਬੇ ਹੱਥ ਇਹੋ ਜਿਹੀਆਂ ਚੀਜ਼ਾਂ ਨਾ ਲਵੋ ਚਿੱਕੜ ਨਾਲ ਹੱਥ ਲਿਬੜਨਗੇ ਸਰਵਰ ਨੂੰ ਢੂੰਡੋ ਜਿੱਥੋਂ ਕੋਈ ਵਸਤੂ ਲੱਭ ਜਾਵੇ ਪਰ ਸਮੇਂ ਦੇ ਹਾਲਾਤ ਪਿਛਲੀ ਵਾਰੀ ਬਰਸੀ ਦੇ ਬੋਲਿਆ ਸੀ ਇਹਨਾਂ ਨੇ ਖੁਦ ਬਾਬਾ ਕਾਲਾ ਸਿੰਘ ਜੀ ਨੇ ਬਾਬਾ ਲੱਖਾ ਸਿੰਘ ਜੀ ਨੇ ਇੱਥੇ ਚਰਨ ਘਾਟ ਨਾਂ 'ਤੇ ਗੁਰਦੁਆਰਾ ਬਣਿਆ ਉਹ ਬੰਦਾ ਉੱਥੋਂ ਰਹਿਣ ਵਾਲਾ ਨਹੀਂ ਸਹੀ ਸੀ ਇਹਨਾਂ ਨੇ ਪੂਰਾ ਐਕਸ਼ਨ ਲਿਆ ਕਿਹਾ ਵੀ ਇਹ ਨਾਨਕ ਸਰ ਕੋਈ ਵੀ ਕਿਤੇ ਹੋਵੇ ਤਾਂ ਅਸੀਂ ਜ਼ਰੂਰ ਉਹਦੇ ਬਾਰੇ ਕਰਾਂਗੇ ਬਾਬਾ ਬੇਦੀ ਸਾਹਿਬ ਵੀ ਮੈਨੂੰ ਕਹਿੰਦੇ ਸੀ ਵੀ ਤੁਹਾਡੇ ਨਾਨਕ ਸਰ ਬੜੇ ਬਣਦੇ ਜਾਂਦੇ ਥਾਂ ਥਾਂ ਕਿਤੇ ਤੁਹਾਨੂੰ ਬਦਨਾਮ ਨਾ ਕਰਨ ਕੋਈ ਨਾਨਕ ਸਰ ਦੀ ਕਮੇਟੀ ਹੋਣੀ ਚਾਹੀਦੀ ਮਹਾਂਪੁਰਖਾਂ ਦੀ ਤਿੰਨ ਚਾਰ ਉਹਨਾਂ ਦਾ ਕੰਟਰੋਲ ਤਾਂ ਹੋਵੇ ਜੇ ਚੰਗੇ ਕਰਦੇ ਆ ਤਾਂ ਕਰੀ ਜਾਓ ਵਧੀ ਜਾਓ ਮਹਾਂਪੁਰਖ ਨੇ ਨਿਰਮਲੇ ਸੰਤ ਏ ਉਹਨਾਂ ਦਾ ਵੀ ਖਾੜਾ ਏ ਦੂਸਰੇ ਉਦਾਸੀ ਸੰਤ ਨੇ ਉਹਨਾਂ ਦੇ ਵੀ ਖਾੜਾ ਏ ਅਤੇ ਆਪਣੇ ਨਾਨਕ ਸਾਹਿਬ ਵਾਲੇ ਅਸੀਂ ਰਾੜਾ ਸਾਹਿਬ ਵਾਲੇ ਸਾਡੀਆਂ ਖੁੱਲ੍ਹਾ ਖੇਡਾਂ ਨੇ ਪਿੰਡਾਂ ਵਾਲੇ ਨੇ ਸਾਰੇ ਇਹ ਸੰਪਰਦਾਵਾਂ ਬਹੁਤ ਫੈਲੀਆਂ ਹੋਈਆਂ ਨੇ ਪ੍ਰਚਾਰ ਵਾਸਤੇ ਹੀ ਇਹ ਸਾਰੀਆਂ ਅੱਗੇ ਸਿਰ ਨੇ ਵਧਾਏ ਜਿਹੜੇ ਬਾਣਾ ਪਾ ਕੇ ਉਹਨਾਂ ਨੂੰ ਇਹ ਭਾਈ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੇ ਵੱਥ ਛੱਪੜ ਢੂੰਡੇ ਕਿਹਾ ਥੀਆ ਚਿੱਕੜ ਡੁੱਬੇ ਹੱਥ ਛੱਪੜਾਂ ਦੇ ਵਿੱਚ ਹੱਥ ਮਾਰਿਆ ਤਾਂ ਚਿੱਕੜ 'ਚ ਹੀ ਜਾਣੇ ਆ ਚੰਗੇ ਗੁਣਾਂ ਨੂੰ ਫੜਾਓ ਤੁਸੀਂ ਬਹੁਤ ਫੜੋਗੇ ਬਹੁਤ ਵਡਿਆਈ ਹੋਏਗੀ ਤੁਹਾਡੀ ਵੀ ਬਹੁਤ ਗੁਰਮੁਖ ਪਿਆਰਾ ਏ ਇਸ ਕਰਕੇ ਚੰਗੀਆਂ ਵੱਲ ਖਿਆਲ ਕਰਕੇ ਇਹ ਜਿਹੜੇ ਅੱਜ ਕੱਲ੍ਹ ਬਹੁਤ ਨਸ਼ੇ ਚੱਲੇ ਆ ਬਹੁਤ ਗਲਤ ਹੋ ਰਿਹਾ ਬਾਹਰਲੇ ਦੇਸ਼ਾਂ 'ਚ ਲੜਕੇ ਲੜਕੀਆਂ ਦਾ ਬਹੁਤ ਗਲਤ ਹੋ ਰਿਹਾ ਹੈ ਮਾਂ ਬਾਪ ਨਾਲ ਨਹੀਂ ਹੁੰਦੇ ਉਹਨਾਂ ਦੀ ਚਿੰਤਾ ਕਰੋ ਕਿ ਸਾਡੇ ਬੱਚੇ ਬੱਚੀਆਂ ਸਹੀ ਰਹਿਣ ਇਹ ਤਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਭੁੱਲਣ ਅਸੀਂ ਸਾਰੇ ਭੁੱਲਣ ਹਾਰ ਹਾਂ ਕੋਈ ਵੀ ਆਪਣੀਆਂ ਗਲਤੀਆਂ 'ਤੇ ਨਹੀਂ ਦਮ ਮਾਰ ਸਕਦਾ ਅਤੇ ਆਓ ਧਾਰਨਾ ਲਾ ਕੇ ਸਾਰੇ ਜਣੇ ਹਾਜ਼ਰੀਆਂ ਭਰੀਏ ਇਹ ਅੱਜ ਦੇ ਸੰਗਰਾਂਦ ਵੀ ਸੀ ਪੂਰਨਮਾਸ਼ੀ ਵੀ ਸੀ ਅਤੇ ਨਾਲ ਗੁਰੂ ਰਾਮਦਾਸ ਜੀ ਦਾ ਵੀ ਗੁਰਪੁਰਬ ਆ ਗਿਆ ਹੈ
ਧੰਨ ਗੁਰੂ ਰਾਮਦਾਸ ਸਾਰਿਆਂ ਦੇ ਪਰਦੇ ਟੱਕਣ ਵਾਲੇ ਕਿਰਪਾ ਕਰਨ ਆਪਣੀਆਂ ਦਾਸਾਂ ਦੀਆਂ ਸੇਵਕਾਂ ਦੀ ਲਾਜ ਪੈ ਰੱਖਣ ਤੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣ ਧਾਰਨਾ ਲਾਲੀ ਇਹ ਸਾਰੀ ਸੰਗਤ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਉੱਚੀ ਅਪਾਰ ਬੇਅੰਤ ਸੁਆਮੀ ਉੱਚੀ ਅਪਾਰ ਬੇਅੰਤ ਸੁਆਮੀ ਉੱਚੀ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਉਹ ਕੌਣ ਜਾਣੇ ਗੁਣ ਤੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਕੌਣ ਜਾਣੇ ਗੁਣ ਤੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਗਾਵਤ ਉਧਰੇ ਸੁਣਤ ਵੀ ਉਧਰੇ ਗਾਵਤ ਉਧਰੇ ਸੁਣਤੇ ਉਧਰੇ ਗਾਵਤ ਉਧਰੇ ਸੁਣਤੇ ਉਧਰੇ ਗਾਵਤ ਉਧਰੇ ਸੁਣਤੇ ਉਧਰੇ ਬਿਨਸੇ ਪਾਪ ਕਣੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਬਿਨਸੇ ਪਾਪ ਕਣੇਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਪਸ਼ੂ ਪਰੇ ਤੋਂ ਮੁਗਲ ਕੋ ਤਾਰੇ 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 ਕੌਣ ਪਾਰੀ ਉਤਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਸਦਾ ਸਦਾ ਬਲਹਾਰੇ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਮੈਂ ਸੋਭਾ ਸੁਣ ਕੇ ਆਇਆ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ ਬਾਬਾ ਜੀ ਦੇ ਘਰੋਂ ਲੈ ਜਾਓ ਪ੍ਰਸ਼ਾਦ ਕਿ ਮਹੀਨੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਹੈ ਆਪਦੀ ਵੀ ਅਰਦਾਸ ਕਰਿਓ ਅਤੇ ਨਾਨਕ ਸਰ ਦੀ ਚੜ੍ਹਦੀ ਕਲਾ ਦੀ ਵੀ ਅਰਦਾਸ ਕਰਿਓ ਕਿ ਨਾਨਕ ਸਰ ਬਾਬਾ ਜੀ ਤੁਹਾਡੇ ਘਰ 'ਤੇ ਤੁਹਾਡੇ ਸੇਵਾਦਾਰਾਂ 'ਤੇ ਤੁਹਾਡਾ ਹੱਥ ਬਣਿਆ ਰਹੇ ਅਤੇ ਅਸੀਂ ਵੀ ਸੰਗਤ ਕਰਦੇ ਰਹੀਏ ਗੁਰੂ ਗ੍ਰੰਥ ਸਾਹਿਬ ਦਾ ਪਾਠ ਮਹੀਨੇ 'ਚ ਕਰਨਾ ਜਾਂ ਕਰਾਉਣਾ ਬਾਬਾ ਜੀ ਕਹਿੰਦੇ ਅਸੀਂ ਨਹੀਂ ਕਰ ਸਕਦੇ 50 ਪਾਠ ਸੁਖਮਣੀ ਦੇ ਕਰ ਲਓ ਉਹਦੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲਦਾ ਹੈ ਜਾਂ ਫਿਰ 250 ਪਾਠ ਜਪਜੀ ਸਾਹਿਬ ਦਾ ਕਰ ਲਵੋ ਉਹਦੇ ਨਾਲ ਵੀ ਪਾਠ ਦਾ ਫਲ ਮਿਲ ਜਾਂਦਾ ਹੈ ਜਾਂ ਫਿਰ ਕਹਿੰਦੇ ਨੇ ਮੂਲ ਮੰਤਰ ਦੀਆਂ 6 ਮਾਲਾ ਰੋਜ਼ ਕਰੀਏ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਹੀਨੇ 'ਚ ਮਿਲਦਾ ਹੈ 80 ਮਾਲਾ ਵਾਹਿਗੁਰੂ ਦੀਆਂ ਕਰੋ ਇਹ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲੇਗਾ ਮੈਂ ਬੇਨਤੀ ਕਰਾਂਗਾ ਕਿ ਇਕੱਲੀ ਸੰਗਤ ਨਹੀਂ ਉਹ ਬਿਹੰਗਮ ਵੀ ਕਰਨ ਸੰਤ ਵੀ ਕਰਨ ਸਾਡੇ ਗੁਰੂਆਂ ਨੇ ਮਹਾਂਪੁਰਖਾਂ ਨੇ ਕਿਹਾ ਹੈ ਸਾਨੂੰ ਕਿ ਇੰਨੀਆਂ ਮਾਲਾ ਕਰਨੀਆਂ ਹੈ ਕੋਸ਼ਿਸ਼ ਕਰੀ ਦੀ ਵੀ ਉਹ ਰਹਿ ਨਾ ਜਾਣ ਅਤੇ ਸੰਤ ਵੀ ਕਰਨ ਕੀਰਤਨੀਆਂ ਵੀ ਕਰਨ ਸੰਗਤ ਵੀ ਕਰੇ ਬਿਹੰਗਮ ਵੀ ਕਰਨ ਕਲਯੁਗ ਨਾ ਆਵੇ ਨੇੜੇ 2 ਪਾਠ ਸੁਖਮਣੀ ਦੇ ਕਰੋ ਇਸ ਵਾਸਤੇ ਕਿ ਸਾਡੇ ਸਿਰ 'ਤੇ ਵੀ ਹੱਥ ਰਵੇ
ਤੇ ਜਾਂ 10 ਜਪਜੀ ਸਾਹਿਬ ਦੇ ਇੱਕ ਨੇ ਬਣਾ ਲਓ ਬਾਬਾ ਜੀ ਦਾ ਦਿੱਤਾ ਹੋਇਆ ਕੋਈ ਵੀ 10 ਜਪਜੀ ਸਾਹਿਬ ਦੇ ਪਾਠਾਂ ਦਾ ਬਣਾ ਲਓ ਗੁਰਮਖਾਂ ਨੇ ਵੱਤ ਬਣਾਇਆ ਹੋਇਆ ਮਾਲਾ ਕਰ ਲਵੋ ਜਿਹੜਾ ਭੋਰੇ ਅੱਗੇ ਲਿਖਿਆ ਹੋਇਆ ਸਾਰਾ ਤੇ ਬਾਹਾਂ ਖੜੀਆਂ ਕਰੋ ਬਾਬਾ ਜੀ ਤੁਹਾਡੀ ਕਿਰਪਾ ਨਾਲ ਅਸੀਂ ਕਰੀਏ ਨਿਤਨੇਮ ਤੁਹਾਡੇ ਚਰਨਾਂ 'ਚ ਸਾਡੀ ਹਾਜ਼ਰੀ ਲੱਗੇ ਸਾਡੇ ਤੇ ਮੇਰਾ ਭਰਿਆ ਹੱਥ ਰੱਖਿਓ ਸੇਵਾ ਲਿਆ ਜੇ ਤੁਹਾਡੀ ਉੱਚੀ ਸੁੱਚੀ ਸ਼ਾਨ ਸੋਭਾ ਯੁਗਾਂ ਜਗੰਤਰਾਂ ਵਿੱਚ ਖੰਡਾਂ ਬ੍ਰਹਿਮੰਡਾਂ ਵਿੱਚ ਹੋਵੇ ਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਗੁਰੂ ਰਾਮਦਾਸ ਦੇ ਗੁਰਪੁਰਬ ਦੀਆਂ ਸੰਗਰਾਂਦ ਪੂਰਨਮਾਸ਼ੀ ਦੀਆਂ ਗਲਤ ਬੋਲਿਆ ਗਿਆ ਹੋਵੇ ਤੇ ਮੈਂ ਸਭ ਤੋਂ ਮਾਫ਼ੀ ਮੰਗਦਾ ਕਵਿਤਾ ਵਾਲੇ ਗੁਰਮੁਖ ਪਿਆਰੇ ਕਵਿਤਾ ਬੋਲਣਗੇ ਪਿਛਲੇ ਪਾਠਾਂ ਦੀ ਗਿਣਤੀ ਹੈ 61,105 ਸੰਗਤਾਂ ਵੱਲੋਂ ਕੀਤੇ ਪਾਠ ਨੇ 2,409 ਸੱਚਖੰਡ ਭੇਟਾ ਹੈ 1,25,000 ਪਾਠਾਂ ਦੀ ਕੁੱਲ ਗਿਣਤੀ 1,88,514 ਹੈ ਜਪ ਤਪ ਵਧਾਓ ਓਨਾ ਹੀ ਨੇਮ ਵਧਾ ਦਿਓ ਜਿੰਨਾ ਕਲਯੁਗ ਆਉਂਦਾ ਹੈ ਓਨਾ ਹੀ ਖੜਕਾ ਦੜਕਾ ਸਿਮਰਨ ਦਾ ਕੀਰਤਨ ਦਾ ਵਧਾ ਦਿਓ ਕਲਯੁਗ ਭਾਜੇਗਾ ਭੁੱਲਾ ਚੁੱਕਾ ਦੀ ਖਿਮਾ ਕੋਈ ਗਲਤੀ ਹੋ ਗਈ ਹੋਵੇ ਮਾਫ਼ੀ ਕਰ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ